ਇੱਕ 6 ਸਾਲ ਦੇ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ। ਕ੍ਰਿਸ਼ਨਾ ਵਜੋਂ ਇਸ ਬੱਚੇ ਦੀ ਪਹਿਚਾਣ ਹੋਈ ਹੈ, ਜੋ ਕਿ ਪਹਿਲੀ ਕਲਾਸ ਦੇ ਵਿੱਚ ਪੜ੍ਹਦਾ ਸੀ। ਮਾਪਿਆਂ ਦਾ ਇਕਲੌਤਾ ਪੁੱਤ ਸੀ। ਜਦੋਂ ਇਹ ਛੱਤ ਦੇ ਉੱਤੇ ਖੇਡ ਰਿਹਾ ਸੀ ਤਾਂ ਅਚਾਨਕ ਹੀ ਛੱਤ ਦੇ ਵਿੱਚ ਕਰੰਟ ਆ ਜਾਂਦਾ, ਜਿਸ ਤੋਂ ਬਾਅਦ ਇਹ ਜ਼ਮੀਨ 'ਤੇ ਡਿੱਗ ਪੈਂਦਾ ਅਤੇ ਕਾਫ਼ੀ ਦੇਰ ਜਦੋਂ ਇਸਦੀ ਆਵਾਜ਼ ਨਹੀਂ ਆਉਂਦੀ ਤਾਂ ਪਰਿਵਾਰਕ ਮੈਂਬਰ ਜਦੋਂ ਛੱਤ ਦੇ ਉੱਤੇ ਚੜ੍ਹ ਕੇ ਦੇਖਦੇ ਨੇ ਤਾਂ ਜ਼ਮੀਨ 'ਤੇ ਡਿੱਗਿਆ ਹੁੰਦਾ ਅਤੇ ਬੁਰੇ ਤਰੀਕੇ ਦੇ ਨਾਲ ਝੁਲਸਿਆ ਹੁੰਦਾ। ਹਾਲਾਂਕਿ ਮੌਕੇ ਦੇ ਉੱਤੇ ਇਸ ਨੂੰ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ। 6 ਸਾਲ ਦੇ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ। ਪਹਿਲੀ ਕਲਾਸ ਦੇ ਵਿੱਚ ਇਹ ਬੱਚਾ ਪੜ੍ਹਦਾ ਸੀ ਅਤੇ ਛੱਤ ਦੇ ਉੱਤੇ ਜਦੋਂ ਇਹ ਖੇਡ ਰਿਹਾ ਸੀ ਤਾਂ ਅਚਾਨਕ ਹੀ ਇਸ ਨੂੰ ਕਰੰਟ ਲੱਗਦਾ ਅਤੇ ਉਸਦੇ ਕਾਰਨ ਇਸਦੀ ਮੌਤ ਹੋ ਗਈ। ਹਾਲਾਂਕਿ ਕਰੰਟ ਕਿੱਥੋਂ ਆਇਆ, ਇਸ ਦੀ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ। ਤਾਂ ਮਾਮਲਾ ਮੋਹਾਲੀ ਦੇ ਨਯਾ ਗਾਂਵ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ 6 ਸਾਲ ਦੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋਈ ਹੈ। ਕ੍ਰਿਸ਼ਨਾ ਇਸ ਬੱਚੇ ਦਾ ਨਾਮ ਦੱਸਿਆ ਜਾ ਰਿਹਾ, ਜੋ ਕਿ ਰੋਜ਼ ਦੀ ਤਰ੍ਹਾਂ ਆਪਣੀ ਛੱਤ ਦੇ ਉੱਤੇ ਜਦੋਂ ਖੇਡ ਰਿਹਾ ਸੀ ਤਾਂ ਅਚਾਨਕ ਹੀ ਛੱਤ ਦੇ ਵਿੱਚ ਕਰੰਟ ਆ ਜਾਂਦਾ ਅਤੇ ਇਸ ਬੱਚੇ ਦੀ ਮੌਤ ਹੋ ਜਾਂਦੀ ਹੈ। ਮਾਪਿਆਂ ਦਾ ਇਕਲੌਤਾ ਪੁੱਤ ਸੀ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਜਾਂਚ ਜੋ ਹੈ ਪੁਲਿਸ ਦੇ ਵੱਲੋਂ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਛੱਤ ਦੇ ਵਿੱਚ ਕਰੰਟ ਆਇਆ ਕਿਵੇਂ ਹੈ। ਕੀ ਕੋਈ ਹਾਈ ਵੋਲਟੇਜ ਤਾਰ ਛੱਤ ਦੇ ਕੋਲੋਂ ਤਾਂ ਨਹੀਂ ਨਿਕਲਦੀ, ਜਾਂ ਫਿਰ ਕੋਈ ਤਾਰ ਟੱਚ ਤਾਂ ਨਹੀਂ ਕਰ ਰਹੀ। ਇਸ ਤਰੀਕੇ ਦੇ ਨਾਲ ਹੁਣ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮੋਹਾਲੀ ਦੇ ਨਯਾ ਗਾਂਵ ਦੇ ਵਿੱਚੋਂ ਇਹ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਮਾਪਿਆਂ ਦੇ ਇਕਲੌਤੇ 6 ਸਾਲ ਦੇ ਪੁੱਤ ਦੀ ਜਾਨ ਚਲੀ ਗਈ ਹੈ। ਦੱਸ ਦਈਏ ਕਿ ਕਰੰਟ ਦੇ ਕਾਰਨ ਇਸ ਬੱਚੇ ਦੀ ਮੌਤ ਹੋ ਗਈ ਹੈ। ਇੱਕ 6 ਸਾਲ ਦੇ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ। ਕ੍ਰਿਸ਼ਨਾ ਵਜੋਂ ਇਸ ਬੱਚੇ ਦੀ ਪਹਿਚਾਣ ਹੋਈ ਹੈ, ਜੋ ਕਿ ਪਹਿਲੀ ਕਲਾਸ ਦੇ ਵਿੱਚ ਪੜ੍ਹਦਾ ਸੀ। ਮਾਪਿਆਂ ਦਾ ਇਕਲੌਤਾ ਪੁੱਤ ਸੀ। ਜਦੋਂ ਇਹ ਛੱਤ ਦੇ ਉੱਤੇ ਖੇਡ ਰਿਹਾ ਸੀ ਤਾਂ ਅਚਾਨਕ ਹੀ ਛੱਤ ਦੇ ਵਿੱਚ ਕਰੰਟ ਆ ਜਾਂਦਾ, ਜਿਸ ਤੋਂ ਬਾਅਦ ਇਹ ਜ਼ਮੀਨ 'ਤੇ ਡਿੱਗ ਪੈਂਦਾ ਅਤੇ ਕਾਫ਼ੀ ਦੇਰ ਜਦੋਂ ਇਸਦੀ ਆਵਾਜ਼ ਨਹੀਂ ਆਉਂਦੀ ਤਾਂ ਪਰਿਵਾਰਕ ਮੈਂਬਰ ਜਦੋਂ ਛੱਤ ਦੇ ਉੱਤੇ ਚੜ੍ਹ ਕੇ ਦੇਖਦੇ ਨੇ ਤਾਂ ਜ਼ਮੀਨ 'ਤੇ ਡਿੱਗਿਆ ਹੁੰਦਾ ਅਤੇ ਬੁਰੇ ਤਰੀਕੇ ਦੇ ਨਾਲ ਝੁਲਸਿਆ ਹੁੰਦਾ। ਹਾਲਾਂਕਿ ਮੌਕੇ ਦੇ ਉੱਤੇ ਇਸ ਨੂੰ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਡਾਕਟਰਾਂ ਦੇ ਵੱਲੋਂ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ। 6 ਸਾਲ ਦੇ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ। ਪਹਿਲੀ ਕਲਾਸ ਦੇ ਵਿੱਚ ਇਹ ਬੱਚਾ ਪੜ੍ਹਦਾ ਸੀ ਅਤੇ ਛੱਤ ਦੇ ਉੱਤੇ ਜਦੋਂ ਇਹ ਖੇਡ ਰਿਹਾ ਸੀ ਤਾਂ ਅਚਾਨਕ ਹੀ ਇਸ ਨੂੰ ਕਰੰਟ ਲੱਗਦਾ ਅਤੇ ਉਸਦੇ ਕਾਰਨ ਇਸਦੀ ਮੌਤ ਹੋ ਗਈ। ਹਾਲਾਂਕਿ ਕਰੰਟ ਕਿੱਥੋਂ ਆਇਆ, ਇਸਦੀ ਜਾਂਚ ਜੋ ਹੈ ਉਹ ਕੀਤੀ ਜਾ ਰਹੀ ਹੈ। ਤਾਂ ਮਾਮਲਾ ਮੋਹਾਲੀ ਦੇ ਨਯਾ ਗਾਂਵ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ 6 ਸਾਲ ਦੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋਈ ਹੈ। ਕ੍ਰਿਸ਼ਨਾ ਇਸ ਬੱਚੇ ਦਾ ਨਾਮ ਦੱਸਿਆ ਜਾ ਰਿਹਾ, ਜੋ ਕਿ ਰੋਜ਼ ਦੀ ਤਰ੍ਹਾਂ ਆਪਣੀ ਛੱਤ ਦੇ ਉੱਤੇ ਜਦੋਂ ਖੇਡ ਰਿਹਾ ਸੀ ਤਾਂ ਅਚਾਨਕ ਹੀ ਛੱਤ ਦੇ ਵਿੱਚ ਕਰੰਟ ਆ ਜਾਂਦਾ ਅਤੇ ਇਸ ਬੱਚੇ ਦੀ ਮੌਤ ਹੋ ਜਾਂਦੀ ਹੈ। ਮਾਪਿਆਂ ਦਾ ਇਕਲੌਤਾ ਪੁੱਤ ਸੀ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਜਾਂਚ ਜੋ ਹੈ ਪੁਲਿਸ ਦੇ ਵੱਲੋਂ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਛੱਤ ਦੇ ਵਿੱਚ ਕਰੰਟ ਆਇਆ ਕਿਵੇਂ ਹੈ। ਕੀ ਕੋਈ ਹਾਈ ਵੋਲਟੇਜ ਤਾਰ ਛੱਤ ਦੇ ਕੋਲੋਂ ਤਾਂ ਨਹੀਂ ਨਿਕਲਦੀ, ਜਾਂ ਫਿਰ ਕੋਈ ਤਾਰ ਟੱਚ ਤਾਂ ਨਹੀਂ ਕਰ ਰਹੀ। ਇਸ ਤਰੀਕੇ ਦੇ ਨਾਲ ਹੁਣ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮੋਹਾਲੀ ਦੇ ਨਯਾ ਗਾਂਵ ਦੇ ਵਿੱਚੋਂ ਇਹ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਮਾਪਿਆਂ ਦੇ ਇਕਲੌਤੇ 6 ਸਾਲ ਦੇ ਪੁੱਤ ਦੀ ਜਾਨ ਚਲੀ ਗਈ ਹੈ। ਦੱਸ ਦਈਏ ਕਿ ਕਰੰਟ ਦੇ ਕਾਰਨ ਇਸ ਬੱਚੇ ਦੀ ਮੌਤ ਹੋ ਗਈ ਹੈ।